खबर लेंदे हां सुल्तानपुर लोधी तो। गुरद्वारा साहब दे विच श्री गुरु ग्रंथ साहब नाल होई छेड़छाड़। इस वेले दी खबर कपूथला दे पिंड पंडाल बेट तो आ रही है, जिथे कि अज्ञात व्यक्तियों वल्लों गुरद्वारा साहब विच दाखल होकर श्री गुरु ग्रंथ साहब दे नाल छेड़छाड़ करन तो इलावा गोलक नूं भी नुकसान पहुँचाउण दी कोशिश कीती है। घटना संबंधी जानकारी सांझी करदे होए गुरद्वारा साहब दे ग्रंथी लवदीप सिंह ने दस्सिया है कि वह किसी काम लई बाहर गए हुए सन और जदों उन्होंने आके देखिया तो गुरद्वारा साहब की बिजली की सप्लाई कटी हुई सी। शक पैण ते जदों गुरद्वारा साहब के हाल के अंदर गए तो देखिया कि श्री गुरु ग्रंथ साहब के नाल छेड़छाड़ की गई सी। स्पीकर दियां तारां भी कटियां हुई सन ते गोलक नूं भी नुकसान पहुँचाउण की कोशिश की गई सी। घटना तो बाद ग्रंथी सिंह वल्लों स्पीकर राही अनाउंसमेंट करके पिंड के लोगों नूं जानकारी दी है। इस संबंधी जो पत्रकारों वालों मामला ढिलवा मुखी के ध्यान में लिया गया तो ASI बलदेव सिंह ने घटना स्थान पर पहुँच के CCTV की कैमरे की रिकॉर्डिंग जी खंगाली, पर कोई भी वीडियो फुटेज सामने नहीं आई। फिलहाल पुलिस जांच में जुटी हुई है। इस संबंध में की गलबात हुई है आओ सुनते हैं। वाहेगुरु जी का खालसा वाहेगुरु जी की फतेह। पिंड पंडाल मिथपति दुबाने की मैं इतने गुरद्वारा साहब की सेवा करता हूँ। कल जी इतने घटना हुई सी ਇੱਥੇ ਕਿਸੇ ਸ਼ਰਾਰਤੀ ਸਰਾਣੇ ਮਹਾਰਾਜ ਦੇ ਸਰੂਪ ਨੂੰ ਜਿੱਦਾਂ ਉਥਲ ਪੁਥਲ ਕੀਤਾ ਹੋਇਆ ਸੀਗਾ। ਗੁਰਸੇ ਸਾਹਿਬ ਜੀ ਵੀ ਜਿਹੜੇ ਇੱਧਰ ਉੱਧਰ ਕੀਤੇ ਹੋਏ ਸੀਗੇ। ਕੱਲ੍ਹ ਜਿਹੜਾ ਰਹਿਰਸ ਦੇ ਸਮੇਂ ਰਹਿਰਸ ਤੋਂ ਪਹਿਲਾਂ 6:15 ਤੋਂ 6:20 ਅਤੇ 25 ਮਿੰਟ ਦੇ ਵਿੱਚ ਅਤੇ ਅਸੀਂ ਕੱਲ੍ਹ ਜਿਹੜੇ ਐਮਰਜੈਂਸੀ ਕਿਤੇ ਗਏ ਹੋਏ ਸੀਗੇ ਅਤੇ ਜਦੋਂ ਮੈਂ ਆ ਕੇ ਦੇਖਿਆ ਵੀ ਗੁਰੂ ਘਰ ਦੀ ਜਿਹੜੀ ਸਾਰੀ ਬਿਜਲੀ ਦੀ ਸਪਲਾਈ ਵੀ ਬੰਦ ਕੀਤੀ ਹੋਈ ਸੀਗੀ ਅਤੇ ਮਹਾਰਾਜ ਦੇ ਸਰੂਪ ਨੂੰ ਵੀ ਜਿਹੜੀ ਉਹਨਾਂ ਨੇ ਕੀਤੇ ਹੋਏ ਸੀਗੇ, ਮਤਲਬ ਸਹੀ ਤਰੀਕੇ ਨਾਲ ਇਹਨਾਂ ਅਸੀਂ ਰੱਖਿਆ ਜਿੱਦਾਂ ਅਸੀਂ ਪ੍ਰਕਾਸ਼ ਕਰਦੇ ਹਾਂ ਹਰ ਰੂਟੀਨ ਦੀ ਤਰ੍ਹਾਂ। ਅਤੇ ਜਦੋਂ ਮੈਂ ਫਿਰ ਆ ਕੇ ਅਨਾਉਂਸਮੈਂਟ ਕੀਤੀ ਸਾਰੀ ਸੰਗਤ ਨੂੰ ਬੁਲਾਉਣ ਦੀ, ਗੁਰਦੁਆਰਾ ਕੋਸ਼ਿਸ਼ ਕੀਤੀ ਵੀ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਅਤੇ ਫਿਰ ਮੈਂ ਜਿਹੜਾ ਉਹਨਾਂ ਦੇ ਆਉਣ ਤੋਂ ਪਹਿਲਾਂ ਮਹਾਰਾਜ ਦਾ ਸਰੂਪ ਜਿਹੜਾ ਉਹਨਾਂ ਦੀ ਵੇਟ ਕਰਕੇ ਕਮੇਟੀ ਦੀ ਵੇਟ ਕਰਕੇ ਮਹਾਰਾਜ ਦਾ ਸਰੂਪ ਜਿਹੜਾ ਸੀਗਾ ਉਹ ਮੈਂ ਸਹੀ ਤਰ੍ਹਾਂ ਪ੍ਰਕਾਸ਼ ਕਰ ਦਿੱਤਾ ਸੀਗਾ। ਫਿਰ ਇੱਕ ਜਿਹੜੀ ਸੰਗਤ ਆਈ ਸੀਗੀ ਉਹਨਾਂ ਨੇ ਗੁਰਦੁਆਰਾ ਸਾਹਿਬ ਜਿਹੜੇ ਸਹੀ ਤਰੀਕੇ ਨਾਲ ਰੱਖ ਲਏ ਸੀਗੇ ਅਤੇ ਜਿਹੜੇ ਅੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਆ ਜਿਹੜੇ ਉਹ ਵੀ ਬਿਲਕੁਲ ਸਹੀ ਆ, ਮਤਲਬ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਹ ਥੋੜ੍ਹੇ ਬਸ ਫੋਲਡ ਕੀਤੇ ਹੋਏ ਸੀਗੇ ਅਤੇ ਉਹ ਹੁਣ ਬਿਲਕੁਲ ਸਹੀ ਆ, ਹੋਰ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਗੋਲਕ ਨਾਲ ਜਾਂ ਹੋਰ ਕੋਈ ਛੇੜਛਾੜ ਹੋਈ? ਹਾਂਜੀ, ਗੋਲਕ ਨੂੰ ਵੀ ਜਿੱਦਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹਨੂੰ ਗੋਲਕ ਨੂੰ ਜ਼ਿਆਦਾ ਸੱਟ ਨਹੀਂ ਮਾਰੀ ਉਹਨਾਂ ਨੇ, ਝਰੀਟਾਂ ਜ਼ਰੂਰ ਆਈਆਂ ਹੋਈਆਂ ਅਤੇ ਜਿਹੜੇ ਕੈਮਰੇ ਵੀ ਉਹਨਾਂ ਨੇ ਮੌਕੇ 'ਤੇ ਬੰਦ ਕਰ ਦਿੱਤੇ ਸੀਗੇ, ਇਨਵੇਟਰ ਵੀ, ਬਿਜਲੀ ਦੀ ਸਾਰੀ ਸਪਲਾਈ ਬੰਦ ਕਰ ਦਿੱਤੀ। ਬਾਕੀ ਜਿਹੜੇ ਰਮਾਲਾ ਸਾਹਿਬ ਵੀ ਇੱਧਰ ਉੱਧਰ ਕੀਤੇ ਹੋਏ ਸੀਗੇ ਜਿਹੜੇ ਆਪਾਂ ਪ੍ਰਕਾਸ਼ਕਾਂ ਸਮੇਂ ਉੱਤੇ ਦਿੱਤੇ ਹੋਏ ਸੀਗੇ ਮਹਾਰਾਜ ਦੇ। ਰਜਿੰਦਰ ਸਿੰਘ ਜੀ ਇੱਥੇ ਕੀ ਕਰਨ ਆਉਣਾ ਆਪਣੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਇੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈਗੀ ਹੈ ਕਿ ਸ਼ਰਾਰਤੀਆਂ ਸਰ ਨੇ ਦੱਸਦੇ ਹੈਗੇ ਆ, ਸਾਨੂੰ ਗ੍ਰੰਥੀ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਆਇਆ ਹੈਗਾ ਮੈਂ ਕਿਤੇ ਬਾਹਰ ਗਿਆ ਸੀਗਾ ਵੀ ਉਹਨਾਂ ਦੇ ਮਹਾਰਾਜ ਦੇ ਸਰੂਪ ਦੇ ਨਾਲ ਕਿਸਨੇ ਉਤਲ ਪੁਤਲ ਕੀਤੀ ਹੈਗੀ ਆ ਅਤੇ ਗੁਟਕੇ ਸਾਹਿਬ ਜਿਹੜੇ ਆ ਉਹਨਾਂ ਨੂੰ ਵੀ ਇੱਧਰ ਉੱਧਰ ਖਿਲਾ ਰਿਹਾ ਕਿਸੇ ਨੇ ਅਤੇ ਹੋਰ ਵੀ ਮਾਲੇ ਵਗੈਰਾ ਕਰਵਾ ਰਹੇ ਕੇ ਪਏ ਆ ਉਹਨਾਂ ਨੂੰ ਕਿਸੇ ਨੇ ਛੇੜਛਾੜ ਕੀਤੀ ਹੈ ਜਿੱਦਾਂ ਵੱਖਰੇ ਸੀਗੇ ਪਏ ਹੋਏ। ਤਾਂ ਇਹ ਅਸੀਂ ਇਹ ਘਟਨਾ ਦੀ ਨਿਖੇਧੀ ਕਰਦੇ ਹਾਂ ਅਤੇ ਜਿਹੜੇ ਕੈਮਰੇ ਆ ਉਹ ਸਹੀ ਚੱਲਣੇ ਚਾਹੀਦੇ ਆ। ਇਹ ਪਤਾ ਲੱਗਾ ਕਿ ਕੈਮਰੇ ਜਿਹੜੇ ਪ੍ਰੋਪਰ ਸਹੀ ਨਹੀਂ ਸੀਗੇ ਚੱਲ ਰਹੇ, ਜਦਕਿ ਉਹ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕੈਮਰਿਆਂ ਨੂੰ ਸਹੀ ਕਰਕੇ ਚਲਾਇਆ ਜਾਵੇ। ਪੁਲਿਸ ਵੀ ਆਈ ਸੀ, ਉਹਨਾਂ ਨੇ ਚੇਤਾਵਨੀ ਦਿੱਤੀ ਆ ਅੱਗੇ ਤੋਂ ਇਹੋ ਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਜਿਹੜੀ ਲੋਕਲ ਗੁਰਦੁਆਰਾ ਕਮੇਟੀ ਆ, ਕੀ ਉਹ ਸਹੀ ਆਪਣੀ ਭੂਮਿਕਾ ਨਿਭਾ ਰਹੀ ਆ? ਦੇਖੋ ਜੀ, ਕਮੇਟੀ ਦੀ ਭੂਮਿਕਾ ਤਾਂ ਇਹ ਬਣਦੀ ਆ, ਉਹਦੀ ਪੂਰੀ ਰਿਸਪੋਂਸੀਬਿਲਟੀ ਬਣਦੀ ਹੈ ਇਸ ਚੀਜ਼ ਬਾਰੇ। ਅਕਾਲ ਤਖਤ ਸਾਹਿਬ ਦਾ ਵੀ ਹੁਕਮ ਆ ਕਿ ਉਹ ਜਿਹੜੇ ਕੈਮਰੇ ਆ ਉਹਨਾਂ ਨੂੰ ਚਲਾਉਣੇ ਚਾਹੀਦੇ ਆ ਪ੍ਰੋਪਰਲੀ, ਹਰ ਚੀਜ਼ ਰਿਕਾਰਡਿੰਗ ਹੋਣੀ ਚਾਹੀਦੀ ਸੀ। ਜੇ ਉਹ ਕਿਸੇ ਨੇ ਕੀਤਾ ਉਹ ਫਿਰ ਆਇਆ ਕਿਉਂ ਨਹੀਂ ਫੋਟੋ ਦੇ ਵਿੱਚ? ਇਹ ਚੀਜ਼ ਦੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ। ਕਮੇਟੀ ਆਪਾਂ ਤਾਂ ਹੀ ਬਣਾਉਂਦੇ ਹਾਂ ਫਿਰ ਵੀ ਉਹਨਾਂ ਦੀ ਸਾਰੀ ਇਹ ਜ਼ਿੰਮੇਵਾਰੀ ਬਣਦੀ ਹੈ। ਜੇ ਨਹੀਂ ਕੀਤਾ ਫਿਰ ਅਣਗਹਿਲੀ ਹੋਈ ਹੈ ਕਿਤੇ ਨਾ ਕਿਤੇ, ਤਾਂ ਹੀ ਇਹ ਘਟਨਾ ਵਾਪਰੀ। ਮੌਕੇ 'ਤੇ ਪ੍ਰਸ਼ਾਸਨ ਆਇਆ ਸੀ, ਕੀ ਕਾਰਵਾਈ ਹੋਈ ਹੈ? ਜੀ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਕੈਮਰੇ ਜਿਹੜੇ ਆ ਸਹੀ ਕਰਕੇ ਚਲਾਓ, ਇੱਦਾਂ ਦੀ ਘਟਨਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਪੰਡਾਲ ਗੇਟ ਪੱਤੀ ਦਬਾਣੀ ਕੀ ਦੀ ਮੈਂ ਇਸ ਟਾਈਮ ਮੌਜੂਦਾ ਪ੍ਰਧਾਨ ਹਾਂ, ਯੋਜਨਾ ਕਮੇਟੀ ਮੈਂਬਰ ਸਾਂ। ਸ਼ਾਮੀ ਸਾਨੂੰ ਅਨਾਊਂਸਮੈਂਟ ਹੋਈ ਹੈ ਬਾਬਾ ਜੀ ਦੀ, ਪਤਾ ਲੱਗਿਆ ਅਤੇ ਅਸੀਂ ਸਾਰੇ ਕਮੇਟੀ ਮੈਂਬਰ ਇੱਥੇ ਗੁਰਦੁਆਰਾ ਸਾਹਿਬ ਹਾਜ਼ਰ ਹੋ ਗਏ ਹਾਂ। ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਏ, ਅਸੀਂ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਦੇਖੀ ਜਿਹਨੂੰ ਅਸੀਂ ਵੇਖ ਵੀ ਜਾਂ ਛੇੜਖਾਂ ਨਹੀਂ ਕਹਿ ਸਕਦੇ। ਸਾਨੂੰ ਸੁਬਹ ਇਨਫੋਰਮੇਸ਼ਨ ਮਿਲੀ ਸੀ ਤੜਕੇ
एस एच ओ साहब नूं फोन आया सी वी पिंड पंडाल वेट दे विच गुरुद्वारा साहब दे विच चोरी हो गई है, गोलक टुट गई है। पर असी ड्यूटी अफसर होने के नाते इत्थे आए हैं, आके देखिया गोलक का ताला लगा हुआ, कोई नुकसान नहीं होया और ये शरारती अंसर ने कोई शरारत की आ। गुरुद्वारा साहब के बाबा जी तो पता किया, वो कहते भी अं कि गए से बहर तो दरवाज़ा एक साइड वाला खुला छड़ गया जी, जिस कारण कोई शरारती अंसर अंदर उड़े आ। लेकिन महाराज की भीड़ साहब भी बिल्कुल ओके आ जी, कोई भी किसी किस्म का कोई नुकसान नहीं होया। कैमरे जरूर उन्होंने बंद कर दते, अंदर इनवेंटर चलता से वह भी बंद कर दिता, बाकी रब की कृपा के नाल सब कुछ ठीक है जी। हुण एक कमेटी को सद के हदायत की गई है भी जिहड़े कैमरे जिन्हां साइडां नूं नहीं कवर करदे ओह कैमरे लगाए जाण तां कि कोई गुरुद्वारा साहिब च अनसकामी घटना ना वापर सके। सुल्तानपुर लोधी तों निर्मल सिंह जोशन की रिपोर्ट। मैं अपने ये मोढ़ियां ते गोढ़ियां तों बहुत दुखी सी, मेरे लिए तो तुरना फिरना भी इन्ना औखा होया सी, मैं दस भी नहीं सकदा। पर जद तों मैनूं फ्री रिलीफ मिले है, 2-3 महीने इस्तेमाल करन तों बाद गोडे भी ओके मोढे भी ओके जी। तुसी भी किसी इस तरह की बीमारी तो परेशान हो तो बेझिझक होकर इस इस्तेमाल करो, सिर्फ 2-3 महीने ये 125 बीमारियां तक दे इलाज कर सकता है। फी रिलीफ हमेशा याद रखो। बस कुछ दिनों तो मैं बालों की बड़ी समस्या सी, मेरे बाल झड़ने शुरू हो गए सी। मैं मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, इहदा कोई साइड इफेक्ट नहीं है। तो मेरे बाल जिहड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसी सामना कर रहे हो तो ये तेल लाना ना भुलो। कितना कितनी असी अपने बालों करके शर्म फील